ਦੋਸਤੋ CISF ਵਿੱਚ ਹੈੱਡ ਕਾਂਸਟੇਬਲ ਦੀ ਕਾਫੀ ਚੰਗੀ ਜੋਬ ਰਿਕਰੂਟਮੈਂਟ ਦੀ ਅਨਾਉਂਸਮੈਂਟ ਹੋਈ ਹੈ। ਟੋਟਲ ਪੋਸਟਾਂ ਦੀ ਗੱਲ ਕਰੀਏ 249 ਟੋਟਲ ਪੋਸਟਾਂ ਆਪਾਂ ਇੱਥੇ ਚੈੱਕ ਕਰ ਸਕਦੇ ਹਾਂ। ਐਂਡ ਇਹ ਪੋਸਟਾਂ ਨੇ ਜਿਹੜੀ ਇਹ ਸਪੋਰਟਸ ਕੋਟਾ ਦੇ ਨਾਲ ਰਿਲੇਟਡ ਹੈ, ਮਤਲਬ ਜਿਹੜਾ ਵੀ ਕੈਂਡੀਡੇਟ ਸਪੋਰਟਸ ਨਾਲ ਆਪਣੀ 12th ਪਾਸ ਕੀਤੀ ਹੈ ਕਿਸੇ ਵੀ ਤਰ੍ਹਾਂ ਦਾ ਸਪੋਰਟ ਵਿੱਚ ਇੰਕਲੂਡ ਰਿਹਾ ਉਹਨਾਂ ਵਾਸਤੇ ਇਹ ਪੋਸਟਾਂ ਨੇ। ਅਤੇ ਲਾਸਟ ਡੇਟ ਆਪਾਂ ਦੇਖ ਸਕਦੇ ਹਾਂ 31/3/2022 ਤੱਕ ਆਪਾਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਾਂ। ਅਤੇ ਨੀਚੇ ਪੂਰਾ ਪੋਸਟਾਂ ਦਾ ਡਿਟੇਲ ਹੈ ਜਿਹੜੀ ਤੁਹਾਨੂੰ ਨੀਚੇ ਮਿਲ ਜਾਵੇਗੀ। ਅਤੇ ਇਸ ਦਾ ਲਿੰਕ ਮੈਂ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਵੀ ਦੇ ਦਾਂਗਾ। ਆਪਣੀ ਇਲੀਜੀਬਿਲਟੀ ਦੇ ਅਕੋਰਡਿੰਗ ਆਪਣੀ ਗੇਮ ਦੇ ਅਕੋਰਡਿੰਗ ਇਸ ਪੋਸਟ ਨੂੰ ਜ਼ਰੂਰ ਫਿਲ ਕਰ ਦਿਓ। ਬਾਕੀ ਹੋਰ ਕੋਈ ਇਸ ਰਿਗਾਰਡਿੰਗ ਜਾਣਕਾਰੀ ਲੈਣੀ ਹੈ ਤਾਂ ਇਹ ਮੇਰਾ ਇੰਸਟਾਗ੍ਰਾਮ ਆਈਡੀ ਨੰਬਰ ਹੈ, ਐਂਡ ਮੈਨੂੰ ਤੁਸੀਂ ਵਟਸਐਪ ਗਰੁੱਪ ਜਾਂ ਟੈਲੀਗ੍ਰਾਮ 'ਤੇ ਵੀ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ। ਸਿੰਪਲ ਜੀ ਗੱਲ ਹੈ, ਸਪੋਰਟਸ ਪਰਸਨ ਹੋਣੇ ਚਾਹੀਦੇ ਹੋ, ਕਿਸੇ ਵੀ ਸਪੋਰਟ ਵਿੱਚ ਤੁਹਾਡਾ ਸਰਟੀਫਿਕੇਟ ਹੈ ਤਾਂ ਇਸ ਲਈ ਐਲੀਜੀਬਲ ਹੋ। ਇਸ ਤੋਂ ਬਾਅਦ ਕੀ ਇਹਨਾਂ ਨੇ ਇੱਥੇ ਐਲੀਜੀਬਿਲਟੀ ਕ੍ਰਾਈਟੇਰੀਆ ਦੱਸਿਆ, ਏਜ ਲਿਮਿਟ ਇਹਨਾਂ ਨੇ 18 ਤੋਂ 23 ਸਾਲ ਦੱਸੀ ਹੈ, 23 ਸਾਲ ਦੱਸੀ ਹੈ। ਅਤੇ SC ST ਨੂੰ ਐਕਸਟਰਾ 5 ਸਾਲਾਂ ਦੀ ਛੋਟ ਇੱਥੇ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ। ਇਸ ਤੋਂ ਇਲਾਵਾ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ, 12th ਪਾਸ ਕੈਂਡੀਡੇਟ ਹੋਣਾ ਚਾਹੀਦਾ ਜਸਟ ਤਾਂ ਇਸ ਪੋਸਟ ਨੂੰ ਅਪਲਾਈ ਕਰ ਸਕਦਾ। ਅਤੇ ਇਸ ਤੋਂ ਇਲਾਵਾ ਕ੍ਰੈਡਿਟ ਆਫ ਰਿਪ੍ਰਜੈਂਟਿੰਗ ਸਟੇਟ ਨੈਸ਼ਨਲ ਇੰਟਰਨੈਸ਼ਨਲ ਗੇਮਸ ਇਨ ਸਪੋਰਟਸ, ਮਤਲਬ ਸਪੋਰਟ ਜਾਂ ਐਥਲੀਟਸ ਹੋਣਾ ਚਾਹੀਦਾ ਹੈ। ਅਤੇ ਬਾਕੀ ਫਿਜ਼ੀਕਲ ਸਟੈਂਡਰਡ ਤੁਸੀਂ ਖੁਦ ਰੀਡ ਕਰ ਲਓ, ਇਸਦਾ ਲਿੰਕ ਮੈਂ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੰਦਾ। ਜੇ ਤੁਸੀਂ ਇਸਨੂੰ ਅਪਲਾਈ ਕਰਨਾ ਚਾਹੁੰਦੇ ਹੋ ਆਪਣੇ ਮੋਬਾਈਲ 'ਤੇ ਤਾਂ ਮੈਨੂੰ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਦਿਓ, ਤਾਂ ਮੈਂ ਤੁਹਾਨੂੰ ਮੋਬਾਈਲ 'ਤੇ ਕਿਵੇਂ ਅਪਲਾਈ ਕਰਨਾ ਹੈ ਇਸ ਬਾਰੇ ਪੂਰੀ ਡਿਟੇਲ ਤੁਹਾਨੂੰ ਦੇ ਦਿਆਂਗਾ।